ਧੋਣ ਦੇ ਕੰਮ ਵਿੱਚ ਅਕਸਰ ਗਰਮ ਪਾਣੀ ਅਤੇ ਸੰਭਾਵਿਤ ਤੌਰ ਤੇ ਸਖਤ ਸਫਾਈ ਰਸਾਇਣਾਂ ਨੂੰ ਸੰਭਲਣਾ ਸ਼ਾਮਲ ਹੁੰਦਾ ਹੈ। ਦਸਤਾਨੇ ਗਰਮੀ ਅਤੇ ਰਸਾਇਣਾਂ ਦੇ ਵਿਰੁੱਧ ਇੱਕ ਰੱਖਿਆਤਮਕ ਰੁਕਾਵਟ ਵਜੋਂ ਕੰਮ ਕਰਦੇ ਹਨ। ਧੋਤੇ ਹੋਏ ਹੱਥਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ। ਦਸਤਾਨੇ ਪਹਿਨਣ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਡੇ ਹੱਥ ਸਾਫ਼ ਅਤੇ ਸੁੱਕੇ ਹੋਣ। ਅਜਿਹੇ ਦਸਤਾਨੇ ਚੁਣੋ ਜੋ ਆਰਾਮ ਨਾਲ ਫਿੱਟ ਹੋਣ ਅਤੇ ਤੰਗ ਜਾਂ ਢਿੱਲੇ ਨਾ ਹੋਣ। ਕਫ ਦੇ ਨੇੜੇ ਇੱਕ ਦਸਤਾਨਾ ਫੜੋ। ਹੌਲੀ ਹੌਲੀ ਆਪਣੇ ਹੱਥ ਨੂੰ ਦਸਤਾਨਿਆਂ ਵਿੱਚ ਪਾਓ। ਇਹ ਸੁਨਿਸ਼ਚਿਤ ਕਰੋ ਕਿ ਤੁਹਾਡੀਆਂ ਉਂਗਲਾਂ ਸੰਬੰਧਿਤ ਦਸਤਾਨੇ ਦੀਆਂ ਉਂਗਲਾਂ ਵਿੱਚ ਜਾਂਦੀਆਂ ਹਨ। ਦਸਤਾਨੇ ਨੂੰ ਆਪਣੇ ਹੱਥ ਤੇ ਖਿੱਚੋ ਅਤੇ ਇਸ ਨੂੰ ਵਿਵਸਥਿਤ ਕਰੋ ਤਾਂ ਜੋ ਇਹ ਤੁਹਾਡੀਆਂ ਉਂਗਲਾਂ ਅਤੇ ਹੱਥਲੀ ਦੇ ਦੁਆਲੇ ਫਿੱਟ ਹੋ ਜਾਵੇ। ਦਸਤਾਨੇ ਪਹਿਨਣ ਤੋਂ ਬਾਅਦ ਦਸਤਾਨਿਆਂ ਨੂੰ ਸਹੀ ਢੰਗ ਨਾਲ ਫਿੱਟ ਕਰਨ ਲਈ ਸਾਰੀਆਂ ਚੁੜੀਆਂ ਅਤੇ ਫੋਲਡਾਂ ਨੂੰ ਠੀਕ ਕਰੋ।